ईटीटी टेट पास बेरोजगार अध्यापक साथियो, अज 2 जनवरी 20 नू पहला महीना दे 20 तरीक नू अज आपां संघर्ष दे मैदान दे विच जिहड़े डटे होए आ, आपां नू लगभग 135 दिनां दे करीब हो गए ने, 30 तों 35 दिनां दे करीब, और संघर्ष दे विच लगातार कंटिन्यू आपां डटे होए आ। सो मेरे बेरोजगार अध्यापक साथियो, 4 महीने तों सवा 4 महीने तों डटे इस संघर्ष दे मैदान दे विच, 12 तरीक नू जिहड़ा वड्डा प्रोग्राम रख्या होया है संरूर दा, उहदे विच वध तों वध ते वड्डी गिणती च शमूलियत करो, परिवारां नू वी नाल लैके आओ इस काफले नू, इस संघर्ष नू इक होर रूपरेखा दित्ती जावे जिहदे नाल आपां अपना संघर्ष है जिहड़ा उहनू पूरा कर सकीए। आपां जिहड़ा नोटिफिकेशन लैणा चाहुंदे आ, जिस नोटिफिकेशन दी लड़ाई लड़ रहे आ, उह आपां लड़ाई जित्तीए, उहदे विच वध तों वध साथी साथ दिओ। एक साथी नू होर दस दईए, साथी जी 12 तरीक तों पहला एक प्रोग्राम होर दित्ता जाऊगा, ਉਹ ਪ੍ਰੋਗਰਾਮ ਤੁਹਾਨੂੰ ਦੱਸ ਦਿੱਤਾ ਜਾਊਗਾ ਕੱਲ ਨੂੰ। ਉਹ ਪ੍ਰੋਗਰਾਮ ਦਾ ਜਿਹੜਾ ਅਸੀਂ ਦੱਸਾਂਗੇ ਗਰੁੱਪਾਂ ਦੇ ਵਿੱਚ ਪਾਵਾਂਗੇ ਜਾਂ ਫਿਰ ਲਾਈਵ ਹੋ ਕੇ ਦੱਸਾਂਗੇ। ਔਰ 12 ਤਰੀਕ ਦੀ ਜਿਹੜੀ ਵੱਡੀ ਤਿਆਰੀ ਹੈ ਉਹ ਸਾਰੇ ਹੀ ਮੇਰੇ ਬੇਰੋਜ਼ਗਾਰ ਅਧਿਆਪਕ ਸਾਥੀ, ਚਾਹੇ ਉਹ ETT ਦੇ ਨੇ, ਚਾਹੇ ਉਹ BEd ਦੇ ਨੇ, ਔਰ ਪ੍ਰਾਤਰੀ ਜਥੇਬੰਦੀਆਂ ਜਿਹੜੇ ਆਪਣੇ ਸਿਰ ਤੇ ਹੱਥ ਰੱਖ ਰਹੀਆਂ ਨੇ, ਉਹਨਾਂ ਦੇ ਸ਼ੁਕਰਗੁਜ਼ਾਰ ਸਾਡੇ ਸੀਨੀਅਰ ਸਾਥੀਆਂ ਦੀ, ਉਹ ਤਾਂ ਆਪਣੇ ਨਾਲ ਹੈਗੇ ਹੀ ਨੇ। ਬਾਕੀ ਤੁਸੀਂ ਵੀ ਸਾਥੀਓ, ਅਸੀਂ ਆਪਣੇ ਵੱਲੋਂ ਗੁਜ਼ਾਰਿਸ਼ ਕਰਦੇ ਹਾਂ ਕਿ ਸਾਥੀਓ ਵੱਧ ਤੋਂ ਵੱਧ ਸਾਥ ਦਿਓ, ਤੁਹਾਡੇ ਸਾਥ ਦੀ ਲੋੜ ਹੈ, ਤੁਹਾਡੇ ਸਾਥ ਨਾਲ ਹੀ ਸਭ ਕੁਝ ਹੋਣਾ। ਅਸੀਂ ਸੰਘਰਸ਼ ਦੇ ਵਿੱਚ ਡਟੇ ਹਾਂ ਤੇ ਤੁਹਾਡੇ ਕਰਕੇ, ਕਿਉਂਕਿ ਰੋਜ਼ਗਾਰ ਦਾ ਮਸਲਾ ਆਪਣੇ ਸਾਰਿਆਂ ਦੇ ਰੋਜ਼ਗਾਰ ਦਾ ਮਸਲਾ ਹੈ, ਘਰ ਘਰ ਦੀ ਰੋਟੀ ਦਾ ਮਸਲਾ ਹੈ, ਘਰ ਘਰ ਦੀ ਰੋਟੀ ਦੀ ਅੱਗ ਦਾ ਮਸਲਾ ਹੈ। ਸੋ ਰੋਜ਼ਗਾਰ ਪ੍ਰਾਪਤੀ ਦੇ ਲਈ ਜਿਹੜੀ ਇਹ ਜ਼ਮੀਨੀ ਲੜਾਈ ETT ਤੇ BEd ਤੇ ਭਰਾਤਰੀ ਜਥੇਬੰਦੀਆਂ ਵੱਲੋਂ ਜਿਹੜੇ ਸਹਿਯੋਗ ਕਰ ਰਹੀਆਂ ਲੜੀ ਜਾ ਰਹੀ ਹੈ, ਇਹ ਲੜਾਈ ਅੰਤਿਮ ਪੜਾਅ ਵੱਲ ਜਿਹੜੀ ਵੱਧ ਰਹੀ ਹੈ। ਸੋ ਮੇਰੇ ਬੇਰੋਜ਼ਗਾਰ ਅਧਿਆਪਕ ਸਾਥੀਓ, ਵੱਧ ਤੋਂ ਵੱਧ ਸਾਥੀ ਜਿਹੜੇ ਘਰਾਂ ਦੇ ਵਿੱਚ ਨਿਕਲੋ, ਸਾਥ ਦਿਓ, ਤਾਂ ਕਿ ਤੁਹਾਡੇ ਸਾਥ ਦੇ ਨਾਲ ਜਿਹੜਾ ਸੰਘਰਸ਼ ਨੂੰ ਜਿੱਤਿਆ ਜਾ ਸਕੇ, ਸੰਘਰਸ਼ ਨੂੰ ਜਿਹੜਾ ਅੰਤਿਮ ਪੜਾਅ ਨੂੰ ਜਿਹੜਾ ਕਲੋਜ਼ ਕੀਤਾ ਜਾ ਸਕੇ। ਜਿਹੜਾ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਧੰਨਵਾਦ। ਅਪੀਲ ਹੈ ਕਿ ਪੱਕਾ ਧਰਨਾ ਤੁਹਾਨੂੰ ਪਤਾ ਲਗਾਤਾਰ ਕੰਟੀਨਿਊ ਚੱਲ ਰਿਹਾ ਹੈ। ਸੋ ਸਾਥੀਓ, ਇੱਥੇ ਵੀ ਪਹੁੰਚੋ, ਵੱਧ ਤੋਂ ਵੱਧ ਸਾਥੀ ਸ਼ਮੂਲੀਅਤ ਕਰੋ, ਪੱਕੇ ਧਰਨੇ ਵਿੱਚ ਵੀ ਸਾਥ ਦਿਓ, ਕਿਤੇ ਸਾਥੀ ਰੁਕਿਆ ਕਰੋ, ਵੱਧ ਤੋਂ ਵੱਧ ਸਾਥੀ ਆਇਆ ਕਰੋ, ਜਿਵੇਂ ਪਹਿਲਾਂ ਡਿਊਟੀਆਂ ਲਾਈਆਂ ਹੋਈਆਂ ਸੀ ਉਵੇਂ ਡਿਊਟੀਆਂ ਨੂੰ ਨਿਭਾਓ, ਸਾਰੇ ਸਾਥੀ ਇੱਥੇ ਪਹੁੰਚੋ, ਕਿਉਂਕਿ ਸਾਰਿਆਂ ਦਾ ਪਹੁੰਚਣਾ ਤੇ ਫਰਜ਼ ਬਣਦਾ ਹੈ। ਅਸੀਂ ਜ਼ਿਲ੍ਹਿਆਂ ਵਾਈਜ਼, ਜ਼ੋਨ ਵਾਈਜ਼ ਜਿਹੜੀਆਂ ਮੀਟਿੰਗਾਂ ਕਰਨੇ ਨੇ ਉਹਨਾਂ ਨੂੰ ਅੰਜਾਮ ਦੇਵਾਂਗੇ, ਔਰ ਤੁਸੀਂ ਮੋਰਚੇ ਤੇ ਡਟੋ। ਇਹ ਮੇਰੇ ਬੇਰੋਜ਼ਗਾਰ ਅਧਿਆਪਕ ਸਾਥੀਆਂ ਨੂੰ, ਚਾਹੇ ਉਹ BEd ਦੇ ਨੇ, ਚਾਹੇ ETT ਦੇ ਨੇ, ਸਾਰੇ ਸਾਥੀਆਂ ਨੂੰ ਅਪੀਲ ਹੈ। ਧੰਨਵਾਦ ਸਾਥੀਓ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ।